ਸਰ ਆਪਣਾ ਨਾਮ ਹਰਿੰਦਰ ਹੈ ਜੀ ਨਾਮ ਮੇਰਾ ਅਤੇ ਸਰ ਅੱਜ ਚੰਡੀਗੜ੍ਹ ਆਏ ਹੋ ਜਿਸ ਤਰ੍ਹਾਂ ਕਾਨਫਰੰਸ ਕਰ ਰਹੇ ਕੀ ਮੁੱਦਾ ਹੈ ਕਿ ਅੱਜ ਆਪ ਨੂੰ ਪ੍ਰੈਸ ਦੇ ਸਾਹਮਣੇ ਆਉਣਾ ਪਿਆ ਮੁੱਦਾ ਸਰ ਇਹ ਹੈ ਮੈਂ ਰੀਸੈਂਟਲੀ 3 ਸਾਲ ਪਹਿਲਾਂ ਹਰਿਆਣੇ ਦਾ ਪੇਪਰ ਦਿੱਤਾ ਸੀ ਜੀ 256 ਵੈਕੈਂਸੀਆਂ ਨਿਕਲੀਆਂ ਸੀ ਹਰਿਆਣਾ ਦੇ ਵਿੱਚ ਔਰ 256 ਚੋਂ ਇਹਨਾਂ ਨੇ 118 ਬੱਚੇ ਰੱਖ ਕੇ ਰਿਕਰੂਟਮੈਂਟ ਜਿਹੜੀ ਹੈਗੀ ਕਲੋਜ਼ ਕਰਤੀ ਔਰ ਅਸੀਂ ਆਪਣੀਆਂ 4 ਪਟੀਸ਼ਨਸ ਸੁਪਰੀਮ ਕੋਰਟ ਫਾਈਲ ਕੀਤੀਆਂ ਸੀ ਜੋ ਇਹਨਾਂ ਨੇ ਚਾਰੋਂ ਪਟੀਸ਼ਨ ਸੁਪਰੀਮ ਕੋਰਟ ਤੋਂ ਡਿਸਮਿਸ ਕਰਤੀਆਂ ਹਾਈ ਕੋਰਟ ਅਸੀਂ ਫਾਈਲ ਕੀਤੀਆਂ ਸੀ ਤਾਂ ਹਾਈ ਕੋਰਟ ਇਹਨਾਂ ਨੇ ਸਾਨੂੰ 1 ਸਾਲ ਦੀ ਡੇਟ ਦਿੱਤੀ 1 ਸਾਲ ਡੇਟ ਦੇਣ ਦਾ ਮਤਲਬ ਹੈ ਕਿ ਇਹ ਬੇਸਿਕਲੀ ਸਾਨੂੰ ਸੁਣਨ ਦੇ ਵਿੱਚ ਇੰਟਰਸਟਿਡ ਨਹੀਂ ਹੈਗੇ ਔਰ ਜਿਹੜੇ 118 ਬੱਚੇ ਵੀ ਇਹਨਾਂ ਨੇ ਰੱਖੇ ਨੇ ਉਹਦੇ 'ਚ ਵੀ ਕੋਈ ਐਲੀਗੇਸ਼ਨ ਇਹ ਲੱਗ ਰਹੇ ਨੇ ਕਿ ਇਹਨਾਂ ਨੇ 70-80-90 ਬੱਚੇ ਤੱਕ ਆਪਣੇ ਬੱਚੇ ਰੱਖੇ ਨੇ ਮਤਲਬ ਚਾਹੇ ਤੁਸੀਂ ਆਪਣੇ ਬੱਚੇ ਕਹਿ ਲਓ ਚਾਹੇ ਇਹਨਾਂ ਦੇ ਰਿਸ਼ਤੇਦਾਰ ਕਹਿ ਲਓ ਚਾਹੇ ਕੋਈ ਬੱਚੇ ਮਤਲਬ ਪੈਸੇ ਲੈ ਕੇ ਇਹਨਾਂ ਨੇ ਰੱਖੇ ਨੇ ਔਰ ਜਿਸ ਤਰ੍ਹਾਂ ਹੁਣ ਅਸੀਂ ਹਰਿਆਣੇ ਦੀਆਂ ਆਪਣੀਆਂ ਆਂਸਰ ਸ਼ੀਟਾਂ ਲਈਆਂ ਨੇ ਤਾਂ ਆਂਸਰ ਸ਼ੀਟਾਂ ਦੇ ਵਿੱਚ ਕੋਈ ਹਰ ਬੱਚੇ ਦੀਆਂ ਆਂਸਰ ਸ਼ੀਟਾਂ ਦੇ ਵਿੱਚ ਲਗਭਗ 30-40-40-50-50 ਨੰਬਰ ਦੀਆਂ ਡਿਸਕ੍ਰੀਪੈਂਸੀਜ਼ ਆਈਆਂ ਨੇ ਕਹਿਣ ਦਾ ਭਾਵ ਹੈ ਜੋ ਠੀਕ ਮਤਲਬ ਬੱਚਿਆਂ ਨੇ ਜਵਾਬ ਲਿਖੇ ਨੇ ਉਹਨਾਂ 'ਤੇ ਇਹਨਾਂ ਨੇ ਜ਼ਬਰਦਸਤੀ ਕ੍ਰੋਸ ਕੀਤਾ ਹੋਇਆ ਹੈਗਾ ਔਰ ਜੋ ਸਾਡੇ ਗੋਲਡ ਮੈਡਲਿਸਟ ਬੱਚੇ ਨੇ ਜੋ 10-10 ਸਾਲ ਤੋਂ 8-8-7-7 ਸਾਲ ਤੋਂ ਤਿਆਰੀ ਕਰ ਰਹੇ ਨੇ ਉਹਨਾਂ ਨੂੰ ਇਹਨਾਂ ਨੇ ਇੰਟਰਵਿਊ ਦੇ ਵਿੱਚੋਂ 5-5-6-6-7-7 ਨੰਬਰ ਦਿੱਤੇ ਨੇ 200 ਦੇ ਵਿੱਚੋਂ ਔਰ ਜਦੋਂ ਅਸੀਂ ਕਿਸੇ ਬਾਹਰ ਕਿਸੇ ਬੰਦੇ ਨਾਲ ਗੱਲ ਕਰਦੇ ਹਾਂ ਤਾਂ ਜਿਸ ਤਰ੍ਹਾਂ ਮੇਰਾ ਇੱਕ ਦੋਸਤ ਹੈ ਯੂਨੀਵਰਸਿਟੀ ਉਹ ਫਾਰਮੈਸੀ ਡਿਪਾਰਟਮੈਂਟ ਦੇ ਵਿੱਚ ਪੜ੍ਹਦਾ ਹੈਗਾ ਉਹ ਕਹਿੰਦਾ ਭਾਅ ਜੀ 200 ਚੋਂ 6 ਨੰਬਰ ਤਾਂ ਮੈਂ ਵੀ ਲੈ ਲੂੰਗਾ ਜੁਡੀਸ਼ਰੀ ਦੇ ਇੰਟਰਵਿਊ 'ਚੋਂ ਤਾਂ ਇਹ ਸਵਾਲ ਖੜਾ ਹੁੰਦਾ ਹੈ ਕਿ ਜਿਸ ਬੱਚੇ ਨੇ 5 ਮੇਨਸ ਦੇ ਪੇਪਰ ਕਲੀਅਰ ਕੀਤੇ ਨੇ 10 ਸਾਲ ਤੋਂ ਉਹ ਬੱਚਾ ਤਿਆਰੀ ਕਰ ਰਿਹਾ ਹੈ ਔਰ ਉਸ ਬੱਚੇ ਨੂੰ ਤੁਸੀਂ 6 ਨੰਬਰ ਦੇ ਰਹੇ ਹੋ ਤਾਂ ਕਹਿਣ ਦਾ ਮਤਲਬ ਕੁਛ ਨਾ ਕੁਛ ਕੋਈ ਘਪਲੇਬਾਜ਼ੀ ਚੱਲ ਰਹੀ ਹੈ ਔਰ ਘਪਲੇਬਾਜ਼ੀ ਤਾਂ ਚਲੋ ਚੱਲ ਹੀ ਰਹੀ ਹੈ ਤਾਂ ਸਾਨੂੰ ਕੋਰਟਸ ਵੀ ਐਂਟਰਟੇਨ ਨਹੀਂ ਕਰ ਰਹੀਆਂ ਤਾਂ ਤੁਹਾਡੇ ਮੀਡੀਆ ਰਾਹੀਂ ਮੈਂ ਦਿੱਲੀ ਤੱਕ ਆਪਣੀ ਇਹੀ ਗੱਲ ਪਹੁੰਚਾਉਣੀ ਚਾਹੂੰਗਾ ਸਾਡੇ ਚੀਫ ਜਸਟਿਸ ਕੋਲੇ ਸਾਡੇ ਲਾਅ ਮਿਨਿਸਟਰ ਕੋਲੇ ਸਾਡੇ ਪ੍ਰੈਜ਼ੀਡੈਂਟ ਕੋਲੇ ਹਰ ਅਥਾਰਟੀ ਕੋਲੇ ਕਿ ਅਸੀਂ ਕਿੱਥੇ ਜਾਈਏ ਸਾਨੂੰ ਕੋਰਟਸ ਕਿਉਂ ਨਹੀਂ ਐਂਟਰਟੇਨ ਕਰ ਰਹੀਆਂ ਹੁਣ ਅਗਰ ਮੈਂ ਤੁਹਾਨੂੰ ਜਿਸ ਤਰ੍ਹਾਂ ਰਾਜਸਥਾਨ ਦੀ ਗੱਲ ਦੱਸਾਂ ਆਹ ਮੈਂ ਤੁਹਾਨੂੰ ਰਾਜਸਥਾਨ ਦੀਆਂ ਆਂਸਰ ਸ਼ੀਟਾਂ ਦਿਖਾਉਣ ਲੱਗਿਆਂ ਜੀ ਦੇਖੋ ਇਹ ਵੀ ਸੇਮ ਆਂਸਰ ਲਿਖਿਆ ਹੋਇਆ ਬਿਲਕੁਲ 3 ਦੇ ਵਿੱਚੋਂ 2 ਨੰਬਰ ਦਿੱਤੇ ਗਏ ਨੇ ਇਹ ਵੀ ਬਿਲਕੁਲ ਸੇਮ ਆਂਸਰ ਲਿਖਿਆ ਹੋਇਆ ਬਲਕਿ ਇਸ ਤੋਂ ਬੈਟਰ ਲਿਖਿਆ ਹੋਇਆ 3 ਦੇ ਵਿੱਚੋਂ 0 ਨੰਬਰ ਇਸ ਬੱਚੇ ਨੂੰ ਰਾਜਸਥਾਨ ਦੇ ਵਿੱਚ ਦਿੱਤੇ ਗਏ ਨੇ ਇਸ ਤਰ੍ਹਾਂ ਦੀਆਂ ਡਿਸਕ੍ਰੀਪੈਂਸੀਜ਼ ਕੀਤੀਆਂ ਜਾਂਦੀਆਂ ਨੇ ਆਹ ਮੇਰੇ ਕੋਲ ਮੱਧ ਪ੍ਰਦੇਸ਼ ਦਾ ਰਿਜ਼ਲਟ ਹੈ ਜੀ 100 ਵੈਕੈਂਸੀਜ਼ ਇਹਨਾਂ ਨੇ ADJ ਦੀਆਂ ਕੱਢੀਆਂ ਸੀ 2 ਸਾਲ ਇਹਨਾਂ ਨੇ ਰਿਕਰੂਟਮੈਂਟ ਚਲਾਈ ਹੈ ਔਰ 1 ਵੀ ਬੱਚਾ ਇਹਨਾਂ ਨੇ ADJ ਨਹੀਂ ਸਿਲੈਕਟ ਕੀਤਾ ਮੱਧ ਪ੍ਰਦੇਸ਼ ਹਾਈ ਕੋਰਟ ਨੇ ਵੀ ਆਂਸਰ ਸ਼ੀਟਾਂ ਦੇਣ ਤੋਂ ਮਨਾ ਕਰਤਾ ਔਰ ਸੁਪਰੀਮ ਕੋਰਟ ਨੇ ਵੀ ਆਂਸਰ ਸ਼ੀਟਾਂ ਦੇਣ ਤੋਂ ਮਨਾ ਕਰਤਾ ਔਰ ਇਹ ਪੰਜਾਬ ਹਰਿਆਣਾ ਹਾਈ ਕੋਰਟ ਦਾ ADJ ਦਾ ਰਿਕਰੂਟਮੈਂਟ ਹੈ ਜੀ 5 ਸਾਲ ਇਹਨਾਂ ਨੇ 2 ਸਟੇਟਾਂ ਵਾਸਤੇ ADJ ਦੀ ਰਿਕਰੂਟਮੈਂਟ ਚਲਾਈ ਹੈ 1 ਬੱਚਾ ਸਿਰਫ ਇਹਨਾਂ ਨੇ ਸਿਲੈਕਟ ਕੀਤਾ ਹੈ ਇਹ ਮੇਰੇ ਕੋਲ ਦਿੱਲੀ ਦਾ ਰਿਜ਼ਲਟ ਹੈ ਜੀ ਦਿੱਲੀ ਦੇ ਰਿਜ਼ਲਟ ਦੇ ਵਿੱਚ ਵੀ ਮਤਲਬ ਕਾਫੀ ਹਾਈ ਲੈਵਲ ਡਿਸਕ੍ਰੀਪੈਂਸੀਜ਼ ਪਾਈਆਂ ਗਈਆਂ ਨੇ ਬੱਚਿਆਂ ਨੇ ਹਲੇ ਆਪਣੀਆਂ ਮੇਨਸ ਦੀਆਂ ਆਂਸਰ ਸ਼ੀਟਾਂ ਜਿਹੜੀਆਂ ਹੈਗੀਆਂ ਅਪਲਾਈ ਕੀਤੀਆਂ ਨੇ ਬਟ ਐਲੀਗੇਸ਼ਨਸ ਇਹ ਲੱਗ ਰਹੇ ਨੇ ਕਿ ਕੋਈ 65 ਬੱਚੇ ਇਹਨਾਂ ਨੇ ਅਗਰਵਾਲ ਕਮਿਊਨਿਟੀ ਦੇ ਸਪੈਸੀਫਿਕਲੀ ਬਾਹਰ ਕੀਤੇ ਨੇ ਉਹਨਾਂ ਨੂੰ ਵੇਟਿੰਗ ਲਿਸਟ ਦੇ ਵਿੱਚ ਪਾਇਆ ਗਿਆ ਔਰ ਗੁਜਰਾਤ ਦੀ ਅਗਰ ਮੈਂ ਤੁਹਾਨੂੰ ਗੱਲ ਦੱਸਾਂ ਗੁਜਰਾਤ ਦੇ ਵਿੱਚ 3 ਸਾਲ ਪਹਿਲਾਂ ਕੋਈ 240 ਵੈਕੈਂਸੀਜ਼ ਨਿਕਲੀਆਂ ਸੀ ਔਰ 40 ਬੰਦੇ ਰੱਖ ਕੇ ਇਹਨਾਂ ਨੇ ਰਿਕਰੂਟਮੈਂਟ ਕਲੋਜ਼ ਕਰਤੀ ਗੁਜਰਾਤ ਕੋਲ 240 ਤੁਸੀਂ ਕਹੋ ਕਿ ਕੋਰਟਸ ਦਾ ਇਨਫਰਾਸਟ੍ਰਕਚਰ ਨਹੀਂ ਹੈ ਔਰ ਗੁਜਰਾਤ ਜੁਡੀਸ਼ੀਅਲ ਅਕੈਡਮੀ ਕੋਲ ਵੀ 240 ਸੀਟਾਂ ਨਹੀਂ ਹੈ ਤਾਂ ਕਹਿਣ ਦਾ ਮਤਲਬ ਕਿ ਅਗਰ ਤੁਸੀਂ 100 ਵੈਕੈਂਸੀਆਂ ਕੱਢ ਰਹੇ ਹੋ ਤੁਹਾਡੇ ਕੋਲ 100 ਬੰਦੇ ਰੱਖਣ ਦਾ ਇਨਫਰਾਸਟ੍ਰਕਚਰ ਹੀ ਨਹੀਂ ਹੈ ਤੁਸੀਂ ਰੱਖਣੇ ਹੀ 10 ਬੰਦੇ ਨੇ ਤਾਂ ਤੁਸੀਂ 100 ਵੈਕੈਂਸੀਆਂ ਕਿਉਂ ਕੱਢ ਰਹੇ ਹੋ ਦੈਟ ਮੀਨਸ ਤੁਸੀਂ ਇੱਕ ਡਰਾਮਾ ਲਗਾਇਆ ਹੋਇਆ ਇੱਕ ਮੌਕਰੀ ਬਣਾਈ ਹੋਈ ਹੈ ਕਿ ਅਸੀਂ ਜਨਤਾ ਨੂੰ ਖੁਸ਼ ਰੱਖਣਾ ਔਰ ਅਗਰ ਹੁਣ ਮੈਂ ਤੁਹਾਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੀ ਦੁਬਾਰਾ ਤੋਂ ਐਗਜ਼ਾਮਪਲ ਦੇਵਾਂ ਤਾਂ ਇੱਥੇ ਇਹਨਾਂ ਨੇ 22 ਬੰਦੇ ਜਿਹੜੇ ਹੈਗੇ ਉਹ ਡਰਾਈਵਰ ਇਹਨਾਂ ਨੇ ਰੀਸੈਂਟਲੀ ਰੱਖੇ ਸੀ ਜਿਹਦੇ 'ਚੋਂ ਐਲੀਗੇਸ਼ਨ ਇਹ ਲੱਗ ਰਹੇ ਨੇ ਕਿ 18 ਬੰਦੇ ਇਹਨਾਂ ਨੇ ਮੱਧਿਆ ਪ੍ਰਦੇਸ਼ ਤੋਂ ਬੁਲਾਏ ਨੇ ਤਾਂ ਸਵਾਲ ਫਿਰ ਤੋਂ ਇਹੀ ਖੜਾ ਹੁੰਦਾ ਹੈ ਕਿ ਪੰਜਾਬ ਅਤੇ ਹਰਿਆਣਾ ਵਰਗੀਆਂ 2 ਮੇਜਰ ਸਟੇਟਾਂ ਦੇ ਵਿੱਚੋਂ ਤੁਹਾਨੂੰ 22 ਬੰਦੇ ਡਰਾਈਵਰ ਰੱਖਣ ਲਈ ਨਹੀਂ ਮਿਲੇ ਜੋ ਤੁਹਾਨੂੰ 18 ਬੰਦੇ ਮੱਧਿਆ ਪ੍ਰਦੇਸ਼ ਤੋਂ ਬੁਲਾਉਣੇ ਪਏ ਇੱਕ ਹੋਰ ਗੱਲ ਹੈਗੀ ਆ ਕਿ ਤਾਂ ਦੋਨਾਂ ਸਟੇਟਾਂ ਵਿੱਚੋਂ ਜਿਹੜਾ ਕਿ ਲੋਕ ਛੱਡ ਕੇ ਅਤੇ ਬਗਾਨੀਆਂ ਸਟੇਟਾਂ ਤੋਂ ਲਿਆ ਕੇ ਇੱਥੇ ਰੱਖ ਰਹੇ ਕੀ ਕਾਰਨ ਦੇਖੋ ਕਾਰਨ ਤਾਂ ਇਹੀ ਹੋ ਸਕਦਾ ਹੈ ਜੀ ਕਿ ਤੁਸੀਂ ਬੇਸਿਕਲੀ ਦੂਜੀਆਂ ਸਟੇਟਾਂ ਤੋਂ ਕੋਈ ਆਪਣੇ ਰਿਸ਼ਤੇਦਾਰ ਬੁਲਾ ਰਹੇ ਹੋ ਜਾਂ ਤੁਸੀਂ ਉਧਰੋਂ ਕੋਈ ਪੈਸੇ ਦੇ ਕੇ ਬੰਦੇ ਬੁਲਾ ਰਹੇ ਹੋ ਔਰ ਜਦੋਂ ਅਗਰ ਮੰਨ ਲਓ ਅਸੀਂ ਜੇ ਦੂਜੀਆਂ ਸਟੇਟਾਂ ਦੇ ਵਿੱਚ ਪੇਪਰ ਦੇਣ ਜਾਂਦੇ ਹਾਂ ਜਿਵੇਂ ਮੈਂ ਤੁਹਾਨੂੰ 2.5 ਸਾਲ ਪਹਿਲਾਂ ਅਸੀਂ ਬੱਚਿਆਂ ਨੇ ਮੱਧ ਪ੍ਰਦੇਸ਼ ਦਾ ਪੇਪਰ ਦਿੱਤਾ ਮੱਧ ਪ੍ਰਦੇਸ਼ ਦੇ ਵਿੱਚ ਇਹਨਾਂ ਨੇ ਜਾਣ ਬੁੱਝ ਕੇ ਪੰਜਾਬ ਦੇ ਬੱਚੇ ਜਿਹੜੇ ਹੈਗੇ ਉਹ ਬਾਹਰ ਕੀਤੇ ਗਏ ਇਹ ਮੱਧ ਪ੍ਰਦੇਸ਼ ਦਾ ਕੁਐਸਚਨ ਪੇਪਰ ਹੈ ਜੀ 100 ਨੰਬਰ ਦਾ ਕੁਐਸਚਨ ਪੇਪਰ ਹੈ ਇਹ ਆਂਸਰ ਸ਼ੀਟ ਹੈ ਜੋ ਮੈਂ ਤੁਹਾਨੂੰ ਦੇ ਕੇ ਜਾਊਂਗਾ
ਤੁਸੀਂ ਇਹਨੂੰ ਕਿਸੇ ਵੀ ਜੱਜ ਤੋਂ, ਕਿਸੇ ਲਾਅ ਦੇ ਟੀਚਰ ਤੋਂ, ਕਿਸੇ ਹਾਈ ਕੋਰਟ ਦੇ ਜੱਜ ਤੋਂ ਤੁਸੀਂ ਇਹਨੂੰ ਚੈੱਕ ਕਰਵਾ ਸਕਦੇ ਹੋ। ਇਸ ਆਨਸਰ ਸ਼ੀਟਾਂ ਦੇ ਵਿੱਚੋਂ 80 ਨੰਬਰ ਬੱਚੇ ਨੂੰ ਮਿਲਣੇ ਚਾਹੀਦੇ ਸੀ, ਬਟ ਇਸ ਬੱਚੇ ਨੂੰ 20 ਨੰਬਰ ਦੇ ਕੇ ਇਹਨਾਂ ਨੇ ਜ਼ਬਰਦਸਤੀ ਫੇਲ ਕੀਤਾ ਹੈਗਾ। ਔਰ ਜਦੋਂ ਅਸੀਂ ਇਹ ਪਟੀਸ਼ਨ ਮੱਧਿਆ ਪ੍ਰਦੇਸ਼ ਹਾਈ ਕੋਰਟ ਦੇ ਵਿੱਚ ਲਾਈ ਤਾਂ ਸਾਡੀ ਇਹ ਪਟੀਸ਼ਨ ਡਿਸਮਿਸ ਕਰਵਾਈ ਗਈ ਜ਼ਬਰਦਸਤੀ, ਔਰ ਸੁਪਰੀਮ ਕੋਰਟ ਦੇ ਵਿੱਚੋਂ ਵੀ ਇਹ ਸਾਡੀ ਪਟੀਸ਼ਨ ਡਿਸਮਿਸ ਕਰਵਾਈ ਗਈ। ਔਰ ਮੰਨ ਲਓ ਕੋਈ ਪੰਜਾਬ ਦਾ ਬੱਚਾ ਹਿਮਾਚਲ ਚਲਿਆ ਜਾਂਦਾ, ਕੋਈ ਦਿੱਲੀ ਚਲਿਆ ਜਾਂਦਾ, ਤਾਂ ਉੱਥੇ ਬੱਚਿਆਂ ਨੂੰ ਇੱਦਾਂ ਦੇ ਸਵਾਲ ਪੁੱਛੇ ਜਾਂਦੇ ਨੇ ਕਿ ਤੁਸੀਂ ਪੰਜਾਬ ਤੋਂ ਕਿਉਂ ਆਏ ਹੋ, ਜਾਂ ਤੁਸੀਂ ਹਿਮਾਚਲ ਤੋਂ ਦਿੱਲੀ ਕਿਉਂ ਆਏ ਹੋ, ਜਾਂ ਤੁਸੀਂ ਪੰਜਾਬ ਤੋਂ ਬਿਹਾਰ ਕਿਉਂ ਆਏ ਹੋ। ਔਰ ਕਦੇ ਇਹਨਾਂ ਦੇ ਜੀ ਪੇਪਰ ਦੇ ਵਿੱਚੋਂ 60 ਕੁਐਸਚਨ ਗਲਤ ਹੋ ਜਾਂਦੇ ਨੇ, 200 ਚੋਂ 150 ਚੋਂ ਕਦੇ 10 ਕੁਐਸਚਨ ਗਲਤ ਹੋ ਗਏ, ਕਦੇ 50 ਕੁਐਸਚਨ ਗਲਤ ਹੋ ਗਏ। ਤਾਂ ਕਹਿਣ ਦਾ ਮਤਲਬ 5 ਸਾਲ ਤੋਂ ਹੀ ਮਤਲਬ ਹਰ ਸਟੇਟ ਦੇ ਵਿੱਚ ਲਗਭਗ ਇੱਦਾਂ ਦੀਆਂ ਚੀਜ਼ਾਂ ਹੀ ਚੱਲ ਰਹੀਆਂ ਨੇ। ਔਰ ਬੀਤੇ ਸਮੇਂ ਜਿਸ ਤਰ੍ਹਾਂ ਕੁਝ ਬੱਚਿਆਂ ਨੇ ਪਹਿਲਾਂ ਵੀ ਵੀਡੀਓ ਕਾਨਫਰੰਸ ਕੀਤੀ, ਆਪਣੇ ਕੁਝ ਉਹ ਐਲੀਗੇਸ਼ਨ ਲਗਾਏ ਗਏ ਕੁਝ ਜੱਜਾਂ 'ਤੇ ਵੀ ਇਸ ਤਰ੍ਹਾਂ ਗਲਤ ਨੀਤੀਆਂ ਜਾਂ ਨਿਯੁਕਤੀਆਂ ਕੀਤੀਆਂ, ਕੀ ਕਹਿਣਾ ਚਾਹੁੰਦੇ? ਦੇਖੋ ਬਿਲਕੁਲ ਬੱਚਿਆਂ ਨੇ ਠੀਕ ਐਲੀਗੇਸ਼ਨ ਲਗਾਏ ਨੇ ਜੀ। ਅਸੀਂ ਤਾਂ ਆਪਣੇ ਸਾਰੇ ਐਲੀਗੇਸ਼ਨ ਲੈ ਕੇ, ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ ਅਸੀਂ 4 ਪਟੀਸ਼ਨਾਂ ਸੁਪਰੀਮ ਕੋਰਟ ਅਸੀਂ ਫਾਈਲ ਕੀਤੀਆਂ, ਅਸੀਂ ਸੁਪਰੀਮ ਕੋਰਟ ਗਏ, ਅਸੀਂ ਆਪਣੇ ਗ੍ਰੀਵੀਐਂਸਿਸ ਦੱਸਣਾ ਚਾਹੇ ਕਿ ਕੋਰਟ ਦੇ ਵਿੱਚ ਅਸੀਂ ਆਪਣਾ ਹਰ ਗ੍ਰੀਵੀਐਂਸ ਅੰਡਰ ਓਥ ਦੱਸਣ ਲਈ ਤਿਆਰ ਹਾਂ, ਬਟ ਕੋਰਟ ਸਾਨੂੰ ਐਂਟਰਟੇਨ ਕਰਨ ਲਈ ਤਿਆਰ ਨਹੀਂ। ਤਾਂ ਮੈਂ ਤੁਹਾਡੇ ਜ਼ਰੀਏ ਮੈਂ ਇਹ ਸਵਾਲ ਪੁੱਛਣਾ ਚਾਹੁੰਦਾ ਕਿ ਅਗਰ ਸਾਨੂੰ ਹੀ ਰਿਲੀਫ ਨਹੀਂ ਮਿਲ ਰਿਹਾ, ਫਿਊਚਰ ਜੱਜਿਸ ਨੂੰ ਹੀ ਰਿਲੀਫ ਨਹੀਂ ਮਿਲ ਰਿਹਾ, ਜਾਂ ਅੱਜ ਦੇ ਵਕੀਲਾਂ ਨੂੰ ਰਿਲੀਫ ਨਹੀਂ ਮਿਲ ਰਿਹਾ, ਤਾਂ ਇੱਕ ਆਮ ਇਨਸਾਨ ਨੂੰ ਕੀ ਰਿਲੀਫ ਮਿਲੇਗਾ ਇਹਨਾਂ ਦੇ ਸਿਸਟਮ ਤੋਂ? ਇੱਕ ਹੋਰ ਖਾਸ ਗੱਲ ਛੋਟੀ ਚੱਲਦੇ ਹੋਏ ਪੁੱਛਣਾ ਚਾਹੁੰਦੇ ਕਿ ਜਿਸ ਤਰ੍ਹਾਂ ਕਿ ਕਾਨੂੰਨ ਸੇਵਾਵਾਂ, ਜਿਸ ਤਰ੍ਹਾਂ ਵੀ ਅਸੀਂ ਲੈਣ ਵਾਸਤੇ ਲੋਕ ਅਦਾਲਤਾਂ ਜਾਂਦੇ, ਅਤੇ ਜੇ ਜੱਜਾਂ ਦੀ ਹੀ ਜੋ ਚੋਣ ਆ ਸਹੀ ਨਹੀਂ ਹੋ ਰਹੀ, ਵਕੀਲਾਂ ਦੀ ਨਹੀਂ ਹੋ ਰਹੀ, ਅਤੇ ਇਹਦੇ ਵਿੱਚ ਤਾਂ ਬੜਾ ਕਿੰਤੂ ਕੰਤੂ, ਕੀ ਕਹਿਣਾ ਚਾਹੀਦਾ? ਦੇਖੋ ਇਹ ਦਿੱਲੀ ਦੇ ਵਿੱਚ ਥੋੜ੍ਹੇ ਦਿਨਾਂ ਤੋਂ ਅਗਰ ਤੁਸੀਂ ਦੇਖਿਆ ਹੋਏਗਾ, ਸਾਡੇ ਲਾਅ ਮਿਨਿਸਟਰ ਨੇ ਜਿਹੜੇ ਕਿਰਨ ਰਿਜੀਜੂ ਜੀ, ਉਹ ਵੀ ਇਹੀ ਸਵਾਲ ਅਦਾਲਤਾਂ ਦੇ ਉੱਪਰ ਖੜਾ ਕਰ ਰਹੇ ਨੇ ਕਿ ਅਗਰ ਜੱਜ ਹੀ ਜੱਜਾਂ ਦੀਆਂ ਨਿਯੁਕਤੀਆਂ ਕਰਨਗੇ ਤਾਂ ਇਹ ਇੰਡੀਆ ਵਰਗੀ ਡੈਮੋਕ੍ਰੇਸੀ ਦੇ ਵਿੱਚ ਮਤਲਬ ਦੇਸ਼ ਭਲਾਈ ਲਈ ਇਹ ਕੋਈ ਠੀਕ ਕਦਮ ਨਹੀਂ ਹੈ, ਜੱਜ ਹੀ ਜੱਜਾਂ ਦੀਆਂ ਨਿਯੁਕਤੀਆਂ ਕਰਨਾ। ਤਾਂ ਮੇਰੇ ਖਿਆਲ ਦੇ ਵਿੱਚ ਜਾਂ ਤਾਂ ਇਹਦਾ ਕੋਈ ਵੱਖਰਾ ਇਹਨਾਂ ਨੂੰ ਕੋਈ ਕੋਰਟ ਬਣਾਉਣੀ ਚਾਹੀਦੀ ਹੈ, ਕੋਈ ਟ੍ਰਾਈਬਿਊਨਲ ਬਣਾਉਣਾ ਚਾਹੀਦਾ ਹੈ ਜਿੱਥੇ ਜੱਜਾਂ ਦੇ ਖਿਲਾਫ ਵੀ ਮਤਲਬ ਜੋ ਕੰਪਲੇਂਟਸ ਨੇ ਉਹ ਦਰਜ ਹੋ ਸਕਣ। ਚਲੋ ਉਹ ਤਾਂ ਲੰਬੇ ਸਮੇਂ ਦੀ ਗੱਲ ਰਹਿ ਗਈ, ਚੀਜ਼ਾਂ ਹੁੰਦੀਆਂ ਰਹਿਣਗੀਆਂ, ਬਣਦੀਆਂ ਰਹਿਣਗੀਆਂ, ਬਿਠਾਈਆਂ ਜਾਣਗੀਆਂ, ਬਟ ਫੋਰ ਦਾ ਟਾਈਮ ਬੀਂਗ ਅਗਰ ਮੈਂ ਇਸ ਮੁੱਦੇ ਦੀ ਗੱਲ ਕਰਾਂ ਤਾਂ ਦੇਖੋ ਸਾਡੀ ਬੱਚਿਆਂ ਦੀਆਂ 2 ਮੰਗਾਂ ਨੇ। ਅਗਰ ਤੁਸੀਂ ਜੁਡੀਸ਼ਰੀ ਦੀ ਗੱਲ ਕਰਦੇ ਹੋ ਤਾਂ ਸਾਨੂੰ ਪੂਰੀ ਜੁਡੀਸ਼ਰੀ ਦੇ ਵਿੱਚ ਸਿਰਫ ਇੱਕ ਹੀ ਬੰਦੇ ਦੇ ਉੱਪਰ ਭਰੋਸਾ ਹੈ, ਔਰ ਉਹ ਨੇ ਸਾਡੇ ਚੀਫ ਜਸਟਿਸ ਚੰਦਰਚੂੜ ਸਾਹਿਬ। ਜਾਂ ਤਾਂ ਉਹ ਆਪਣੀ ਕੋਈ ਕੋਰਟ ਬਿਠਾਉਣ, ਬੱਚਿਆਂ ਨੂੰ ਆਪਣੇ ਕੋਲ ਬੁਲਾਉਣ, ਸਾਰੇ ਇੰਡੀਆ ਦੇ ਬੱਚੇ ਉਹਨਾਂ ਕੋਲ ਜਾਣਾ ਚਾਹੁੰਦੇ ਨੇ, ਖਾਸ ਕਰਕੇ ਰੀਸੈਂਟਲੀ ਪੰਜਾਬ ਹਰਿਆਣਾ ਦੀਆਂ ਰਿਕਰੂਟਮੈਂਟਸ ਹੋਈਆਂ ਨੇ, ਉਹ ਬੱਚੇ ਜਾ ਕੇ ਆਪਣਾ ਗ੍ਰੀਵੀਅੰਸ ਦੱਸਣਾ ਚਾਹੁੰਦੇ ਨੇ। ਔਰ ਜਾਂ ਫਿਰ ਅਸੀਂ ਪ੍ਰੈਜ਼ੀਡੈਂਟ ਨੂੰ ਇਹ ਰਿਕੁਐਸਟ ਕਰਦੇ ਹਾਂ ਜਾਂ ਲਾਅ ਮਿਨਿਸਟਰ ਨੂੰ ਰਿਕੁਐਸਟ ਕਰਦੇ ਹਾਂ ਕਿ ਉਹ ਆਪਣੀ ਕੋਈ ਕੋਰਟ ਬਿਠਾ ਕੇ ਮਤਲਬ ਬੱਚਿਆਂ ਦੀ ਸੁਣਵਾਈ ਕਰਨ। ਔਰ ਅਗਰ ਹੁਣ ਮੈਂ ਤੁਹਾਨੂੰ ਪੰਜਾਬ ਦੇ ਪੇਪਰ ਦੀ ਗੱਲ ਦੱਸਾਂ ਤਾਂ 159 ਪੋਸਟਾਂ ਪੰਜਾਬ ਦੇ ਵਿੱਚ ਨਿਕਲੀਆਂ ਸੀ, ਔਰ ਐਲੀਗੇਸ਼ਨ ਇਹ ਲੱਗਦੇ ਨੇ ਕਿ ਕੁਛ ਅਕੈਡਮੀਆਂ ਦੇ ਵਿੱਚ ਇਹਨਾਂ ਨੇ ਪੇਪਰ ਜਿਹੜੇ ਹੈਗੇ ਲੀਕ ਕੀਤੇ ਨੇ, ਉਹ ਅਕੈਡਮੀਜ਼ ਮਤਲਬ ਆਪਣੇ ਟੈਸਟ ਦੇ ਵਿੱਚ ਕੁਛ ਕੁਐਸਚਨ ਪਾ ਕੇ ਬੱਚਿਆਂ ਨੂੰ ਕਰਵਾਉਂਦੀਆਂ ਨੇ ਔਰ ਆਪਣੇ ਨੰਬਰ ਬਣਾਉਂਦੀਆਂ ਨੇ ਕਿ ਦੇਖੋ ਜੀ ਸਾਡੇ ਅਸੀਂ ਜੋ ਇੰਪੋਰਟੈਂਟ ਕੁਐਸਚਨ ਕਰਵਾਏ ਨੇ ਉਹ ਪੇਪਰਾਂ ਦੇ ਵਿੱਚ ਪਾਏ ਗਏ ਨੇ। ਦਿੱਲੀ ਦੀਆਂ ਕੁਛ ਅਕੈਡਮੀਜ਼ ਹੈਗੀਆਂ ਨੇ ਜਿਨ੍ਹਾਂ ਦੇ ਨਾਮ ਆਏ ਨੇ, ਔਰ ਜੋ ਬੱਚਿਆਂ ਦਾ ਪੇਪਰ ਨਹੀਂ ਭਰਿਆ ਗਿਆ, PPSC ਦੀ ਵੈਬਸਾਈਟ ਦੇ ਵਿੱਚ ਟੈਕਨੀਕਲ ਗਲਿਚ ਆ ਗਿਆ ਸੀ, ਤਾਂ ਅਸੀਂ ਇੱਕ ਪਟੀਸ਼ਨ ਵੀ ਫਾਈਲ ਕੀਤੀ ਹਾਈ ਕੋਰਟ ਦੇ ਵਿੱਚ, 1.5 ਲੱਖ ਰੁਪਇਆ ਅਸੀਂ ਵਕੀਲ ਮਤਲਬ ਕੀਤਾ, ਬਟ ਉਹ ਪਟੀਸ਼ਨ ਸਾਡੀ ਜੱਜ ਦੇ ਦੁਆਰਾ ਕੋਸਟ ਦਾ ਥ੍ਰੈਟ ਦੇਖ ਕੇ ਕਿ ਮੈਂ ਤੁਹਾਡੇ 'ਤੇ ਕੋਈ 10 ਲੱਖ, 20 ਲੱਖ, 30 ਲੱਖ ਰੁਪਇਆ ਕੋਸਟ ਲਗਾਊਂਗਾ, ਕੋਸਟ ਦਾ ਥ੍ਰੈਟ ਦੇ ਕੇ ਉਹ ਪਟੀਸ਼ਨ ਸਾਡੀ ਵਿਦਡਰਾਅ ਕਰਵਾਈ ਗਈ। ਔਰ ਅਗਲੇ ਦਿਨ ਜਦੋਂ ਅਸੀਂ ਸੁਪਰੀਮ ਕੋਰਟ ਜਾਣ ਦੀ ਲਿਬਰਟੀ ਮੰਗੀ ਤਾਂ ਉਹ ਵੀ ਸਾਨੂੰ ਨਹੀਂ ਦਿੱਤੀ ਗਈ, ਔਰ ਸੁਪਰੀਮ ਕੋਰਟ ਜਦੋਂ ਅਸੀਂ ਆਪਣੀ ਪਟੀਸ਼ਨ ਲੈ ਕੇ ਪਹੁੰਚੇ ਉੱਥੇ ਵੀ ਅਸੀਂ 3-3.5 ਲੱਖ ਰੁਪਇਆ ਲੈ ਕੇ ਇੱਕ ਵਕੀਲ ਅਸੀਂ ਹਾਇਰ ਕੀਤਾ, ਜਿਹਨੇ 4 ਦਿਨ ਸਾਡੀ ਪਟੀਸ਼ਨ ਫਾਈਲ ਹੀ ਨਹੀਂ ਕੀਤੀ, ਜਾਂ ਕਹਿ ਲਓ ਕਿ ਲਾਸਟ ਦਿਨ 12 ਵਜੇ ਤੋਂ ਬਾਅਦ ਜਾ ਕੇ ਫਾਈਲ ਕੀਤੀ, ਜਦੋਂ ਮਤਲਬ ਜੋ ਜੱਜਿਸ ਨੇ ਜੋ ਕੋਰਟ ਹੈ ਉਹ ਉੱਠ ਚੁੱਕੀ ਸੀ। ਕਹਿਣ ਦਾ ਮਤਲਬ ਕਿ ਇਹਨਾਂ ਦਾ ਪੂਰਾ ਸਿਸਟਮ ਹੀ ਕਰਪਟ ਹੋ ਚੁੱਕਿਆ ਹੈ, ਔਰ ਤੁਹਾਡੇ ਬਿਲਕੁਲ ਸਾਹਮਣੇ ਹੁਣ ਮੈਂ ਤੁਹਾਨੂੰ ਦੱਸ ਰਿਹਾ ਕਿ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਅਗਰ ਸਾਨੂੰ ਹੀ ਰਿਲੀਫ ਨਹੀਂ ਮਿਲ ਰਿਹਾ, ਫਿਊਚਰ ਜੱਜਿਸ ਨੂੰ ਹੀ ਰਿਲੀਫ ਨਹੀਂ ਮਿਲ ਰਿਹਾ, ਜਾਂ ਵਕੀਲਾਂ ਨੂੰ ਹੀ ਰਿਲੀਫ ਨਹੀਂ ਮਿਲ ਰਿਹਾ, ਜਾਂ ਜੁਡੀਸ਼ੀਅਲ ਐਸਪੀਰੈਂਟਸ ਨੂੰ ਹੀ ਰਿਲੀਫ ਨਹੀਂ ਮਿਲ ਰਿਹਾ, ਤਾਂ ਇੱਕ ਆਮ ਇਨਸਾਨ, ਇੱਕ ਆਮ ਹਿੰਦੁਸਤਾਨੀ ਕਿੰਨਾ ਕੁ ਖੁਸ਼ ਹੋਏਗਾ ਇਹਨਾਂ ਦੇ ਸਿਸਟਮ ਤੋਂ? ਔਰ ਅਸੀਂ ਤਾਂ ਚਾਹੁੰਦੇ ਹਾਂ ਕਿ ਤੁਸੀਂ ਦੇਸ਼ ਦੀਆਂ ਪੂਰੀਆਂ ਇੰਟਰਵਿਊਜ਼ ਦੇ ਵਿੱਚ ਤੁਸੀਂ ਫੋਰਨ ਕੰਟਰੀਜ਼ ਦੀ ਤਰ੍ਹਾਂ CCTV ਲਗਾਓ,
ਤੁਸੀਂ ਸਾਰੀਆਂ ਇੰਡੀਆ ਦੀਆਂ ਕੋਰਟਸ ਦੇ ਵਿੱਚ CCTV ਲਗਾਓ ਤਾਂ ਕਿ ਲੋਕਾਂ ਨੂੰ ਕੋਰਟ ਜਾਣ ਦੀ ਹੀ ਜ਼ਰੂਰਤ ਨਾ ਪਵੇ। ਲੋਕ ਘਰਾਂ ਦੇ ਵਿੱਚ ਬੈਠ ਕੇ, ਜਿਵੇਂ ਸਾਡੇ ਚੀਫ ਜਸਟਿਸ ਸਾਹਿਬ ਆਪਣੀ ਕੋਰਟ ਦੇ ਵਿੱਚ CCTV ਦੇ ਵਿੱਚ ਉਹ ਬੈਠਦੇ ਨੇ, ਘਰਾਂ ਦੇ ਵਿੱਚ ਬੈਠ ਕੇ ਆਪਣੀਆਂ ਪ੍ਰੋਸੀਡਿੰਗਸ ਦੇਖਣ। ਔਰ ਨਾਲ ਤੁਸੀਂ ਖੇਤਰੀ ਭਾਸ਼ਾਵਾਂ ਦੇ ਟਰਾਂਸਲੇਟਰ ਲਗਾਓ ਤਾਂ ਕਿ ਜੋ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਪੰਜਾਬੀ ਦੇ ਵਿੱਚ ਆਪਣੀਆਂ ਪ੍ਰੋਸੀਡਿੰਗ ਸਮਝ ਆਉਣ। ਹਰਿਆਣੇ ਦੇ ਵਿੱਚ ਤੁਸੀਂ ਹਿੰਦੀ ਦੇ ਟਰਾਂਸਲੇਟਰ ਲਗਾਓ, ਕੇਰਲਾ ਦੇ ਵਿੱਚ ਤੁਸੀਂ ਮਲਿਆਲਮ ਦੇ ਟਰਾਂਸਲੇਟਰ ਲਗਾਓ, ਕਰਨਾਟਕਾ ਦੇ ਵਿੱਚ ਤੁਸੀਂ ਕੰਨੜ ਦੇ ਟਰਾਂਸਲੇਟਰ ਲਗਾਓ। ਔਰ ਕਹਿਣ ਦਾ ਮਤਲਬ ਕਿ ਪੂਰੀ, ਮੈਂ ਤਾਂ ਕਹੂੰਗਾ ਕਿ ਇਹਨਾਂ ਦਾ ਪੂਰਾ ਸਿਸਟਮ ਹੀ ਕਰਪਟ ਹੋ ਚੁੱਕਿਆ ਔਰ ਇਸ ਸਿਸਟਮ ਨੂੰ ਥੋੜ੍ਹੇ ਸੁਧਾਰ ਦੀ ਜ਼ਰੂਰਤ ਹੈ। ਚੱਲਦੇ ਹੋਏ ਤੁਹਾਡੇ ਵੱਲੋਂ ਕੋਈ ਖਾਸ ਮੰਗ ਜਿਹੜੀ ਸਰਕਾਰ ਅੱਗੇ? ਖਾਸ ਮੰਗ ਇਹੀ ਹੈ ਜੀ ਕਿ ਸਾਡੀ ਬੱਚਿਆਂ ਦੀ ਸੁਣਵਾਈ ਕੀਤੀ ਜਾਵੇ ਕੋਈ ਨਾ ਕੋਈ। ਜਾਂ ਤਾਂ ਅਸੀਂ ਲਾਅ ਮਿਨਿਸਟਰ ਨੂੰ ਰਿਕੁਐਸਟ ਕਰਦੇ ਹਾਂ ਕਿ ਉਹ ਕੋਈ ਆਪਣੀ ਕੋਰਟ ਬਿਠਾਉਣ ਜਿੱਥੇ ਬੱਚਿਆਂ ਨੂੰ ਬੁਲਾਇਆ ਜਾਵੇ। ਬੱਚੇ ਵੀ ਆਉਣਾ ਚਾਹੁੰਦੇ ਨੇ, ਬੱਚਿਆਂ ਦੇ ਪੇਰੈਂਟਸ ਵੀ ਆਉਣਾ ਚਾਹੁੰਦੇ ਨੇ, ਬੱਚਿਆਂ ਦੇ ਗਰੀਵੀਅੰਸਿਸ ਸੁਣੇ ਜਾਣ ਔਰ ਜੋ ਬਣਦੀ ਕਾਰਵਾਈ ਹੈ ਜੱਜਿਸ 'ਤੇ ਕੀਤੀ ਜਾਵੇ। ਜਾਂ ਫਿਰ ਪ੍ਰੈਜ਼ੀਡੈਂਟ ਬੀਇੰਗ ਦਾ ਫਸਟ ਸਿਟੀਜ਼ਨ ਆਫ ਇੰਡੀਆ, ਉਹ ਕੋਈ ਸਪੈਸ਼ਲ ਕੋਰਟ ਬਿਠਾ ਲੈਣ ਜਿੱਥੇ ਦਿੱਲੀ ਦੀਆਂ ਸਾਰੀਆਂ ਅਥਾਰਟੀਜ਼ ਇਕੱਠੀਆਂ ਬੈਠਣ, ਬੱਚਿਆਂ ਨੂੰ ਬੁਲਾਉਣ, ਉਹਨਾਂ ਦੇ ਗਰੀਵੀਅੰਸਿਸ ਸੁਣਨ ਔਰ ਜੋ ਬਣਦੀ ਕਾਰਵਾਈ ਹੈ ਕੀਤੀ ਜਾਵੇ। ਜਾਂ ਫਿਰ ਉਹੀ ਆਖਰੀ ਰਿਕੁਐਸਟ ਮੈਂ ਸਾਡੇ ਦੇਸ਼ ਦੇ ਚੀਫ ਜਸਟਿਸ ਨੂੰ ਕਰੂੰਗਾ ਕਿ ਉਹ ਕੋਈ ਆਪਣੀ, ਜਿਸ ਤਰ੍ਹਾਂ ਹੁਣ ਉਹ ਸੇਮ ਸੈਕਸ ਮੈਰਿਜ 'ਤੇ ਉਹਨਾਂ ਨੇ ਕੌਂਸਟੀਟਿਊਸ਼ਨ ਬੈਂਚ ਬਿਠਾਇਆ ਹੋਇਆ, ਇੱਦਾਂ ਦਾ ਕੋਈ ਖਾਸ ਉਹ ਕੌਂਸਟੀਟਿਊਸ਼ਨ ਬੈਂਚ ਬੱਚਿਆਂ ਲਈ ਮਤਲਬ ਬਿਠਾਉਣ ਜਿੱਥੇ ਬੱਚੇ ਜਾ ਸਕਣ, ਬੱਚੇ ਆਪਣੇ ਗਰੀਵੀਅੰਸਿਸ ਦੱਸਣ, ਜਾ ਕੇ ਅਸੀਂ ਆਪਣੇ ਗਰੀਵੀਅੰਸਿਸ ਉਹਨਾਂ ਨੂੰ ਦੱਸੀਏ, ਦਿਖਾਈਏ, ਹਰ ਚੀਜ਼ ਦਾ ਅਸੀਂ ਅੰਡਰ ਓਥ ਅਸੀਂ ਐਵੀਡੈਂਸ ਦਈਏ ਔਰ ਜੋ ਬਣਦੀ ਕਾਰਵਾਈ ਹੈ, ਜੋ ਬਣਦਾ ਰਿਲੀਫ ਹੈ, ਉਹ ਬੱਚਿਆਂ ਨੂੰ ਦਿੱਤਾ ਜਾਵੇ।